بسم اللہ الرحمن الرحیم السلام علیکم میرے ویرو بزرگوں تے ڈیری فارمر حضرات سب تو پہلے تے میں تانوں اپنے چینل فارمنگ انففو تے خوش آمدید کہناواں اج اسی گرایا ڈیری فارم تے موجود ہاں ماشاءاللہ تہاڈے واسطے فریزیئن تے جرسی کلاسک بچی لے کے حاضر ہوئے ہاں پہلے اس بچی دی ماں ویکھو جدو سوئی تے ماشاءاللہ او دا وانا ویکھو خوبصورتی ویکھو تے اس بعد تے اڑ نال بچی دی جڑی گل بات اے او ڈسکس کرنے ہاں پہلے ماشاءاللہ اودی ماں ویکھو ਤੁਸੀਂ ਮਾ ਬਹੁਤ ਹੀ ਖੂਬਸੂਰਤ ادی ਮਾਂ ਹੈ ਮਾਸ਼ਾਅੱਲਾ ਤੇ ਬੱਚੀ ਵੀ ਬਹੁਤ ਖੂਬਸੂਰਤ ਹੈ ਚਲਾਓ ਬੱਚੀ ਦੀ ਗੱਲ ਦਰਨਾ ਸ਼ੇਅਰ ਕਰਨੇ ਆ ਲੋ ਜੀ ਮੇਰੇ ਵੀਰੋ ਤੇ ਭਰਾਵੋ ਮਾਸ਼ਾਅੱਲਾ ਇਹ ਬੱਚੀ ਹੈ 1 ਸਾਲ ਤੇ 4 ਮਾਂ ਦੀ ਉਮਰ ਹੈ ਪਿਛਲੀ 14 ਅਗਸਤ ਨੂੰ ਪੈਦਾ ਹੋਈ ਸੀ ਤੇ ਮਾਸ਼ਾਅੱਲਾ ਤੁਸੀਂ ਬੱਚੀ ਵੇਖ ਸਕਦੇ ਹੋ ਜਰਸੀ ਤੇ ਫਰੀਜ਼ਨ ਦਾ ਕਰਾਸ ਹੈ ਤੇ ਮੂੰਹ ਚ ਮਾਸ਼ਾਅੱਲਾ ਖੀਰੀ ਹੈ ਸੋਨੇ ਥਨ ਲੱਗੇ ਨੇ ਤੇ ਇਹਨੂੰ ਕਰਾਸ ਹੋਇਆ 2 ਮਹੀਨੇ ਹੋ ਗਏ ਨੇ ਤੇ 마샤알라 ਤੁਸੀਂ ਰੰਗ ਵੀ ਵੇਖ ਸਕਦੇ ਹੋ ਰੰਗ ਵੀ ਪਿਅਰ ਪਿਓਰ ਜਿੰਨੂੰ ਫਰੀਜ਼ੀਅਨ ਤੇ ਜਰਸੀ ਦਾ ਕਰਾਸ ਹੁੰਦੇ ਨੇ ਉਹ ਰੰਗ ਵਿੱਚ ਜਰਸੀ ਦਾ ਵੀ ਥੋੜਾ ਥੋੜਾ ਹਲਕਾ ਹਲਕਾ ਬ੍ਰਾਊਨ ਰੰਗ ਹੈ ਤੇ ਫਰੀਜ਼ੀਅਨ ਦਾ ਵੀ ਵਿੱਚ 마샤알라 ਰੰਗ ਹੈ ਤੇ ਇਹਦੀ ਜਿਹੜੀ ਮਾਂ ਵੇ ਉਦੀ ਦੁੱਧ ਦੀ ਜਿਹੜੀ ਤਕਰੀਬਨ ਜਿਹੜੀ ਮਿਲਕ ਪ੍ਰੋਡਕਸ਼ਨ ਜਿਹ ਦੁੱਧ ਦੇਂਦੀ ਉਹਦੀ ਐਵਰੇਜ ਉਹ ਤਕਰੀਬਨ ਉਹਦੀ 35 ਤੋਂ 40 ਲੀਟਰ ਹੈ ਤੇ ਮਾਸ਼ਾਅੱਲਾ ਇਹਨੂੰ ਇੱਕ ਅੱਛੀ ਨਸਲ ਦਾ ਟੀਕਾ ਲਗਵਾਇਆ ਸੀ ਤੇ ਇਸ ਟਾਈਮ ਇਹਦੀ ਉਮਰ ਇੱਕ ਸਾਲ ਤੇ 4 ਮਹੀਨੇ ਦੇ ਤਾਂ ਤੁਸੀਂ ਕੰਨ ਵੀ ਦੇਖ ਸਕਦੇ ਹੋ ਮੂੰਹ ਵੀ ਦੇਖੋ ਸੋਨਾ ਮਾਸ਼ਾਅੱਲਾ ਮੂੰਹ ਵੇ ਗੋਲ ਲੰਮਾ ਕੰਨ ਵੀ ਸੋਨੇ ਤੇ 99 마샤알라 ਸੋਹਣੇ ਵਕਫੇ ਤੇ ਲੱਗੇ ਨੇ ਪੁੱਠਾ ਤੁਸੀਂ ਚੈੱਕ ਕਰ ਸਕਦੇ ਹੋ ਪੁੱਠਾ ਵੀ 마샤알라 ਵੇਖੋ ਇਹ ਚੋੜਾ ਪੁੱਠਾ ਤੇ ਪੁਸ਼ਲ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਪਿਓਰ ਜਰਸੀ ਕ੍ਰਾਸ ਜਿਹੜੀ ਫ੍ਰੀਜ਼ਨ ਕ੍ਰਾਸ ਹੁੰਦੀ ਉਹਦੀ نسل ਦੀਆਂ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਤੁਸੀਂ ਇੱਕ ਇੱਕ ਚੀਜ਼ ਦੀ ਨੋਟ ਕਰ ਸਕਦੇ ਹੋ ਤੇ 마샤알라 ਇਹਦਾ ਮੂੰਹ ਵੇਖੋ ਮੂੰ ਫੇਰ ਮੈਂ ਤੁਹਾਨੂੰ ਇੱਕ ਦਵਾ ਦੁਬਾਰਾ ਦਿਖਾਉਣ ਲੱਗਾ ਮੂੰ ਦੇਖੋ ਇਹਦਾ ਮਾਸ਼ਾਅੱਲਾ ਸੋਨਾ ਤੇ ਸੀਲ ਸੌ ਸੀਲ ਸੌ ਇੱਕ ਹੀ ਦੀ ਹੈ ਗਰੰਟੀ ਹੈ ਬੇਕ ਸੀਲ ਸੌ ਸੌ ਮਾਸ਼ਾਅੱਲਾ ਬੱਚੀ ਹੈ ਤੁਸੀਂ ਜਿਹੜਾ ਬੰਦਾ ਬੱਚੀ ਲਾਈਏਗਾ ਉਹ ਵਾਕਈ ਯਾਦ ਕਰੇਗਾ ਕਿ ਵਾਕਈ ਮਾਸ਼ਾਅੱਲਾ ਕੋਈ ਚੀਜ਼ ਕਿਸੇ ਤੋਹਫੇ ਚ ਦਿੱਤੀ ਸੀ ਤੇ ਇਨਸ਼ਾਅੱਲਾ ਤੁਸੀਂ ਇਹ ਬੱਚੀ ਲੈ ਕੇ ਜਾਓ ਜਦੋਂ ਇਹ ਬੱਚੀ ਤਿਆਰ ਆਏਗੀ ਇਨਸ਼ਾਅੱਲਾ ਇਨਸ਼ਾਅੱਲਾ ਅਸੀਂ ਗਰੰਟੀ ਦਿੰਨੇ ਆ ਕਿ 35 ਤੋਂ 40 ਲੀਟਰ ਦੀ ਐਵਰੇਜ ਦੁੱਧ ਦੀ ਮਿਲਕ ਪ੍ਰੋਡਕਸ਼ਨ ਹੋਏਗੀ ਦੁੱਧ ਦੇਵੇਗੀ ਤੇ ਅਗਰ ਜਿਹੜਾ ਬੰਦਾ ਹੁਣ ਲੈ ਆਈਏਗਾ ਉਹ ਇਨਸ਼ਾਅੱਲਾ ਠੀਕ 8 ਤੋਂ 9 ਮਹੀਨੇ ਬਾਅਦ ਜਿਹਦਾ ਸੌਰਗ ਤਿਆਰ ਹੋਏਗੀ ਠੀਕ ਹੈ ਤੇ ਜਦ ਤਿਆਰ ਹੋ ਜਾਏਗੀ ਫੁੱਲ ਉਦੋਂ ਇਨਸ਼ਾਅੱਲਾ ਤੁਸੀਂ ਦੇਖੋਗੇ ਕਿ ਵਾਕਈ ਇਹ ਜਿਹੜੀ ਹੈ ਤੁਹਾਨੂੰ ਮੁਨਾਫਾ ਬਖਸ਼ੀ ਸਾਨੂੰ ਕੋ ਕਮੇਟੀ ਦਿੱਤੀ ਸੀ ਮੇਰੇ ਪਿਆਰੇ ਡੇਰੀ ਫਾਰਮਰ ਤੇ ਦੋਸਤੋ ਇਹ ਇੱਕ ਕਮੇਟੀ ਹੈ ਇਹ ਇਨਸ਼ਾਅੱਲਾ ਤੁਸੀਂ ਇਹ ਲੈ ਜਾਓ ਇਹ ਕਮੇਟੀ ਤੁਸੀਂ ਸਾਲ ਸਮਝੋ ਸਾਲ ਬਾਅਦ ਕਰਨੀ ਹੈ ਤੇ ਇਨਸ਼ਾਅੱਲਾ ਤੁਹਾਨੂੰ ਕਮੇਟੀ ਜੋ ਫਾਇਦਾ ਹੀ ਹੋਣਾ ਹੈ ਐਡੀ ਸੀਲ ਸੋ ਮਾਸ਼ਾਅੱਲਾ ਉੱਚਾ ਲੰਮਾ ਕੱਦ ਸੋਹਣੀ ਵੇਲ ਪੁੱਠਾ ਦੇਖ ਸਕਦੇ ਹੋ ਮਾਸ਼ਾਅੱਲਾ ਤੁਸੀਂ ਸੋਨਾ ਪੁੱਠਾ ਸੋਹਣੀ ਦੇਖੋ ਪੁਸ਼ਲ ਹੈ ਮਾਸ਼ਾਅੱਲਾ ਸੋਹਣੀ ਹੈ ਜਿਸਮਤ ਸੋਹਣੀ ਜਿਸਮਤ ਉੱਚੀਆਂ ਲੱਤਾਂ ਜਨਾਬ ਸੋਨਾ ਮਾਸ਼ਾਅੱਲਾ ਕੱਦ ਤਹਿਸੀਲ ਸੋਹਵੇ ਕੀ ਦੀ ਇਹ ਜਨਾਬ ਹੈ ਕਿ ਸੀਲ ਸੋਹਵੇ ਤੇ ਮੈਂ ਅਸੀਂ ਜਿਹੜੀ ਇਹਨਾਂ ਨੂੰ ਗ੍ਰਾਡਰੀ ਫਾਰਮ ਤੋਂ ਪੁੱਛੀ ਉਹਦੀ ਜਿਹੜੀ ਕੀਮਤ ਪੁੱਛੀ ਹੈ ਉਹ ਬਹੁਤ ਹੀ ਮناسب ਇੰਤਖਾਈ ਮناسب ਇੰਨੀ ਕੋ ਮناسب ਕੀਮਤ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕੋਈ ਵੀ ਕਿ ਡੇਢ ਸਾਲ ਦੀ ਬੱਚੀ ਜਿਹੜੀ ਹੈ ਉਹ ਤੁਹਾਨੂੰ ਸਿਰਫ ਔਰ ਸਿਰਫ ਉਹਨਾਂ ਜਿਹੜਾ ਕਿਹਾ ਵੀ 1 ਲੱਖ ਰੁਪਏ ਦੀ ਜਿਹੜੀ ਇਹਨਾਂ ਬੱਚੀ ਮਾਸ਼ਾਅੱਲਾ ਜਰਸੀ ਤੇ ਫਰੀਜ਼ੀਅਨ ਕਰਾਸ ਦੀ ਬੱਚੀ ਤੁਹਾਨੂੰ ਮਿਲੇਗੀ ਇਨਸ਼ਾਅੱਲਾ ਅੱਗੋਂ ਵੀ ਤੁਸਾਂ ਕੋ ਬੱਚੀਆਂ ਲੈਣੀਆਂ ਹਨ ਆਸਟ੍ਰੇਲੀਅਨ ਫਰੀਜ਼ੀਅਨ ਕ੍ਰਾਸ ਜਰਸੀ ਕ੍ਰਾਸ ਕੋਈ ਵੀ ਡੱਚ ਕ੍ਰਾਸ ਦੀ ਜੋ ਬੱਚੀ ਤੁਹਾਨੂੰ ਚਾਹੀਏ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਇਨਸ਼ਾਅੱਲਾ ਤੇ ਅਸੀਂ ਗ੍ਰੈਡਰ ਫਾਰਮ ਤੇ ਤੁਹਾਨੂੰ ਜਿਹੜਾ ਬੱਚੀ ਜਿਹੜਾ ਆਵੇ ਉਹ ਤੁਹਾਨੂੰ ਤਸਵੀਰਾਂ ਵੀ ਸੈਂਡ ਕਰਾਂਗੇ ਇਨਸ਼ਾਅੱਲਾ ਤੇ ਗਾਈ ਨੇ ਵੀ ਤਸਵੀਰਾਂ ਸੈਂਡ ਕਰ ਸਕਦੇ ਹਾਂਗੇ ਠੀਕ ਹੈ ਮਾਸ਼ਾਅੱਲਾ ਤੁਸੀਂ ਜਿਹੜਾ ਹਜ਼ਰਤ ਇਹਨੂੰ ਲੈਣਾ ਚਾਹੁੰਦਾ ਆਵੇ ਅਸੀਂ ਥੱਲੇ ਸਕਰੀਨ ਥੱਲੇ ਨੰਬਰ ਦੇਣ ਲਗੇ ਹਾਂ ਇਨਸ਼ਾਅੱਲਾ ਉਹਦੇ ਤੇ ਰਾਬਤਾ ਕਰਕੇ ਤੇ ਲੈ ਸਕਦਾ ਆਵੇ ਮੂੰਹ ਜੋ ਖੀਰੀ ਹੈ ਮਾਸ਼ਾਅੱਲਾ ਤੇ ਬਹੁਤ ਹੀ ਖੂਬਸੂਰਤ ਬੱਚੀ ਹੈ ਇਸ ਨੇ ਜਜ਼ ਚਾਹਨੇ ਆਹੀ ਅੱਲਾ ਨਿਗਹਿਬਾਨ